ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸ਼ਬਦ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੈ। ਇਹਦੇ ਉਚਾਰਨ ਦਾ ਕੁਝ ਭੇਦ ਹੈ, ਬਾਕੀ ਮਹੱਲਾ ਸ਼ਬਦ ਆਉਂਦਾ ਪਰ ਇੱਥੇ ਮਹੱਲ ਸ਼ਬਦ ਆਇਆ। ਮਹੱਲ ਨਾਮ ਦੇ ਤਿੰਨ ਸ਼ਬਦ ਵਰਤਣਗੇ ਮਹਾਰਾਜ ਸਾਹਿਬ ਜੀ, ਤਿੰਨ ਆਉਣਗੇ, ਅੱਗੇ ਧਿਆਨ ਰੱਖਣਾ ਹੈ। ਇੱਕ ਤਾਂ ਇਹ ਸ਼ਬਦ ਹੈ ਜਾਲ ਮੋਹ ਕਸ ਮਸ ਕਰ, ਇਹਦੇ ਮੂਹਰੇ ਮਹੱਲ ਲਿਖਿਆ ਹੋਇਆ, ਤੇ ਦੂਸਰਾ ਸ਼ਬਦ ਆਏਗਾ ਧਾਤ ਮਿਲੈ ਫੁਨ ਧਾਤ ਕੋ, ਇਹਦੇ ਮੂਹਰੇ ਵੀ ਮਹੱਲ ਸ਼ਬਦ ਲਿਖਿਆ ਆਏਗਾ। ਤੀਸਰਾ ਸ਼ਬਦ ਆਏਗਾ ਤਨ ਜਲ ਬਲ ਮਾਟੀ ਭਇਆ, ਇਹਦੇ ਮੂਹਰੇ ਵੀ ਮਹੱਲੇ ਹੀ ਆਏਗਾ, ਬਾਕੀ ਸਾਰੇ ਥਾਵਾਂ ਤੇ ਮਹੱਲਾ ਹੈ। ਸਤਿਗੁਰੂ ਜੀ ਆਪਣੇ ਪਾਣੀ ਦੇ ਆਪ ਮਾਲਕ ਨੇ, ਕੋਈ ਕਿੰਤੂ ਨਹੀਂ ਬਣਦਾ ਇੱਥੇ ਕਿਉਂ ਨਹੀਂ ਹੈ ਜਾਂ ਇੱਥੇ ਹੋਣਾ ਚਾਹੀਦਾ ਸੀ, ਇਹ ਸਿੱਖੀ ਦਾ ਅਸੂਲ ਹੀ ਨਹੀਂ ਹੈ। ਜੋ ਗੁਰੂ ਨੇ ਕੀਤਾ ਹੈ ਉਹ ਸਾਡੇ ਲਈ ਸੱਤ ਹੈ, ਇਹ ਭੇਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਦੂਸਰਾ ਇਹ ਸ਼ਬਦ ਦੀ ਉਥਾਨਕਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲਪਨ ਦੇ ਵਿੱਚ ਸਨ, ਇਤਿਹਾਸ ਵਿੱਚ ਆਪ ਜੀ ਦੀ ਉਮਰ ਕਿਤੇ 5 ਸਾਲ ਦੀ ਉਸ ਵੇਲੇ ਲਿਖੀ ਮਿਲਦੀ ਹੈ, ਔਰ ਜੇ ਤਾਰੀਖਾਂ ਦੇ ਹਿਸਾਬ ਸਿਰ ਜਾਈਏ ਤਾਂ 6 ਸਾਲ ਪੂਰੇ ਹੋ ਕੇ ਕੁਝ ਸਮਾਂ ਉੱਤੇ ਚਲਿਆ ਗਿਆ ਸੀ। ਜਦੋਂ ਗੋਪਾਲ ਪਾਧੇ ਦੇ ਕੋਲ ਮਹਿਤਾ ਕਲਿਆਣ ਜੀ ਲੈ ਕੇ ਗਏ, ਕਿਉਂਕਿ 1526 ਵਿੱਚ ਆਪ ਜੀ ਦਾ ਅਵਤਾਰ ਹੋਇਆ, 1533 ਵਿੱਚ ਆਪ ਜੀ ਨੂੰ ਸਕੂਲ ਦੇ ਵਿੱਚ, ਜਿਹਨੂੰ ਹੁਣ ਸਕੂਲ ਕਹਿੰਦੇ ਹੈ ਉਦੋਂ ਪਾਠਸ਼ਾਲਾ ਕਹਿੰਦੇ ਸੀ, ਗੋਪਾਲ ਪਾਧੇ ਕੋਲ ਲੈ ਕੇ ਸਤਿਗੁਰੂ ਮਹਾਰਾਜ ਦੇ ਪਿਤਾ ਜੀ ਗਏ ਸਨ। ਤੇ ਉੱਥੇ ਇਤਿਹਾਸ ਚ ਅੱਗੇ ਚੱਲ ਕੇ 2 ਵਿਚਾਰਾਂ ਫਿਰ ਹੋ ਜਾਂਦੀਆਂ ਹਨ। ਇੱਕ ਤਾਂ ਇਹ ਵੀ ਇਹ ਸ਼ਬਦ ਉੱਥੇ ਉਚਾਰਨ ਕੀਤਾ, ਪਰ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਹਵਾਲਾ ਦਿੱਤਾ ਪੁਰਾਤਨ ਜਨਮ ਸਾਖੀ ਦਾ, ਉਹ ਕਹਿੰਦੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਭ ਤੋਂ ਪਹਿਲਾ ਸ਼ਬਦ ਜਿਹੜਾ ਸੀ ਉਹ ਆਸਾ ਰਾਗ ਦੀ ਪੱਟੀ ਹੈ, ਜਿਹਦੇ ਨਾਂ ਤੇ ਪੱਟੀ ਸਾਹਿਬ ਗੁਰਦੁਆਰਾ ਬਣਿਆ ਹੋਇਆ। ਡਾਕਟਰ ਭਾਈ ਵੀਰ ਸਿੰਘ ਦੀ ਗੱਲ ਜਾਣਦਾ ਰਹੇ, ਹਵਾਲਾ ਦੇ ਕੇ ਕੀਤੀ ਹੈ, ਤੇ ਫਿਰ ਇਹ ਅਰਥ ਹੋਇਆ ਕਿ ਪੱਟੀ ਨਾਮ ਦੀ ਬਾਣੀ ਉਸ ਵੇਲੇ ਪਹਿਲਾਂ ਉਚਾਰਨ ਕੀਤੀ ਜਦੋਂ ਪਾਧੇ ਦਾ ਮਨ ਇਹ ਟਲ ਗਿਆ ਬਿਲਕੁਲ, ਸੁਣ ਪਾਧਾ ਪਾਇਨ ਭਰਿਓ, ਚਰਨੀ ਪੈ ਗਿਆ ਸਾਰੇ ਬੱਚਿਆਂ ਦੇ ਸਾਹਮਣੇ, ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਬਹੁਤ ਵੱਡੀ ਬਾਤ ਸੀ, ਕਿੱਥੇ ਕੁਰਸੀ ਤੇ ਬੈਠਾ, ਕਿੱਥੇ ਕਹਿੰਦਾ ਸੀ ਨਾਨਕ ਤੂੰ ਮੇਰਾ ਵਿਦਿਆਰਥੀ ਹੈ, ਤੂੰ ਪਟਵਾਰੀ ਦਾ ਪੁੱਤਰ ਹੈ, ਮੇਰੀ ਜ਼ਿੰਮੇਦਾਰੀ ਬਣ ਗਿਆ ਤੈਨੂੰ ਪੜਾਵਾਂ, ਸੁਣ ਪਾਧਾ ਪਾਇਨ ਭਰਿਓ, ਹਾਂ ਉਬੋਧ ਮਤ ਮੰਦ, ਮੈਂ ਮਾਰਾ ਮਤੀ ਮੰਦ ਵਾਲਾ ਹਾਂ, ਤੇ ਤੁਹਾਡੀ ਮਹਿਮਾ ਜਾਣੀ ਨਹੀਂ ਮੈਂ, ਪਹਿਲਾਂ ਮੈਂ ਅਣਜਾਣ ਸੀ, ਮੈਨੂੰ ਹੁਣ ਪਤਾ ਲੱਗ ਗਿਆ ਤੁਸੀਂ ਤਾਂ ਕਰਤਾ ਪੁਰਖ ਹੋ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੁਰਾਣੇ ਸਮੇਂ ਚ ਲੱਕੜ ਦੀ ਫੱਟੀ ਤਿਆਰ ਕੀਤੀ ਜਾਂਦੀ ਸੀ, ਉਸੇ ਨੂੰ ਪੱਟੀ ਕਹਿੰਦੇ,
ਗਾਜ ਨਹੀਂ ਹੁੰਦੀ, ਉਹ ਮਲ ਕੇ ਚੰਗੀ ਤਰ੍ਹਾਂ ਸੁਕਾਉਣਾ ਧੁੱਪੇ, ਫਿਰ ਉਹਦੇ ਉੱਤੇ ਮਾਸਟਰ ਪੂਰ ਨੇ ਪਾਉਂਦਾ ਹੁੰਦਾ ਸੀ ਪੈਨਸਲ ਦੇ ਨਾਲ, ਸਿਆਹੀ ਦੇ ਨਾਲ ਉਹਦੇ ਉੱਤੇ ਵਿਦਿਆਰਥੀ ਲਿਖਦਾ ਸੀ। ਇਹ ਪੁਰਾਣੇ ਸਮੇਂ ਦੀ ਪੜ੍ਹਾਈ ਸੀ। ਇਸ ਕਰਕੇ ਮਹਾਰਾਜ ਸਾਹਿਬ ਜੀ ਨੂੰ ਜਦੋਂ ਪੱਟੀ ਪੜ੍ਹਾਉਣ ਲੱਗਾ ਤਾਂ ਮਹਾਰਾਜ ਨੇ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਜੋ ਮੈਨੂੰ ਪੜ੍ਹਾਉਣਾ ਚਾਹੁੰਦਾ ਜੇ ਗਲਤ ਪੜ੍ਹਾਏਗਾ ਮੈਂ ਨਹੀਂ ਪੜ੍ਹਨਾ। ਪੰਡਿਤ ਨੇ ਗੁੱਸਾ ਕੀਤਾ ਸੀ ਕਿ ਮੈਂ ਗਲਤ ਪੜ੍ਹਾਉਣਾ ਹੈ। ਕਹਿੰਦੇ ਜੀ ਮੈਂ ਨਹੀਂ, ਕਹਿੰਦਾ ਵੀ ਤੁਸੀਂ ਕੀ ਪੜ੍ਹਾਉਂਦੇ ਹੋ, ਪਰ ਜੇ ਮੈਨੂੰ ਗਲਤ ਪੜ੍ਹਾਓਗੇ ਮੈਂ ਨਹੀਂ ਪੜ੍ਹਨਾ। ਕਹਿੰਦੇ ਠੀਕ ਹੈ, ਤੂੰ ਉਚਾਰਨ ਕਰ, ਓਮ ਨਮੋ ਸਾਰਦਾ ਸਵਸਤ ਏਕ ਹੈ। ਮਹਾਰਾਜ ਕਹਿੰਦੇ ਉਹੀ ਗੱਲ ਹੋ ਗਈ, ਫਿਰ ਆਹੀ ਤਾਂ ਗਲਤੀ ਹੈ, ਇਹਦਾ ਅਰਥ ਦੱਸ ਕੀ ਹੈ। ਕਹਿੰਦੇ ਵੀ ਇਹ ਹੈ ਵੀ ਮੈਂ ਨਮਸਕਾਰ ਕਰਦਾ ਹਾਂ ਸੁਰਸਤੀ ਦੇਵੀ ਨੂੰ ਜੋ ਵਿਦਿਆ ਦੀ ਦਾਤੀ ਹੈ। ਮਹਾਰਾਜ ਕਹਿੰਦੇ ਮੈਂ ਨਮਸਕਾਰ ਉਹਨੂੰ ਕਰਦਾ ਜਿਹਨੇ ਸੁਰਸਤੀ ਨੂੰ ਪੈਦਾ ਕੀਤਾ ਹੈ। ਪੰਡਿਤ ਹੈਰਾਨ ਹੋ ਗਿਆ। ਮਹਾਰਾਜ ਨੇ ਸਵਾਲ ਕੀਤਾ ਵੀ ਤੂੰ ਇਹ ਦੱਸ ਜਿਹੜੇ ਅੱਖਰ ਪੜ੍ਹਾਉਣਾ ਹੈ ਇਹਨਾਂ ਦੇ ਅਰਥ ਜਾਣਦਾ ਹੈ? ਕਹਿੰਦੇ ਨਹੀਂ। ਕਹਿੰਦੇ ਫਿਰ ਮੇਰੇ ਕੋਲੋਂ ਸਿੱਖ ਲੈ। ਤੇ ਫਿਰ ਪੱਟੀ ਰਾਮ ਦੀ ਬਾਣੀ ਉਦੋਂ ਉਚਾਰਨ ਕੀਤੀ। ਜਦੋਂ ਪਾਦਾ ਚਰਨੀ ਡਿੱਗ ਪਿਆ ਤੇ ਉਸ ਨੇ ਕਿਹਾ ਵੀ ਮੈਨੂੰ ਉਪਦੇਸ਼ ਬਖਸ਼ ਕਰੋ ਤੁਸੀਂ। ਫਿਰ ਮਹਾਰਾਜ ਸਾਹਿਬ ਨੇ ਇਸ ਸ਼ਬਦ ਦੁਆਰਾ ਪਾਦੇ ਨੂੰ ਉਪਦੇਸ਼ ਦਿੱਤਾ, ਬ੍ਰਹਮ ਗਿਆਨ ਬਖਸ਼ਿਆ ਇਸ ਸ਼ਬਦ ਦੁਆਰਾ। ਉਹ ਜਿਸ ਪ੍ਰਕਾਰ ਵਿੱਚ ਇਹਦੇ ਚ ਅਲੰਕਾਰ ਹੈ, ਇੱਕ ਸ਼ਾਹੀ ਦਾ ਅਲੰਕਾਰ ਆਏਗਾ, ਪੜ੍ਹਨ ਦੇ ਵਿੱਚ ਫੱਟੀ ਹੁੰਦੀ ਹੈ, ਪੜ੍ਹਨ ਦੇ ਵਿੱਚ ਕਲਮ ਹੈ, ਪੜ੍ਹਨ ਦੇ ਵਿੱਚ ਦੁਆਤ ਹੈ, ਪੜ੍ਹਨ ਦੇ ਵਿੱਚ ਸਿਆਹੀ ਹੈ, ਇਹ ਸਾਰਾ ਅੰਤਰੀ ਭਾਵ ਵਿੱਚ ਆਏਗਾ। ਸੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸ੍ਰੀ ਰਾਗ ਮਹੱਲ ਪਹਿਲੇ ਦੀ ਵਿਚਾਰ ਹੋ ਗਈ ਅਤੇ ਸ਼ਬਦ ਦੀ ਉਥਾਨਕਾ ਹੋ ਗਈ। ਹੁਣ ਅੱਗੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸੁਣੋ ਜੇ।